ਬੋਲਡ ਹੋਣ ਵਾਸਤੇ ਸੁਸਾਇਟੀ ਦੇ ਸਾਰੇ ਈਵਲਸ ਨੂੰ ਕਰੀ ਜਾਂਦੇ ਹਾਂ, ਕਿਉਂਕਿ ਸੁਸਾਇਟੀ 'ਚ ਫਿੱਟ ਇਨ ਮਹਿਸੂਸ ਕਰਨਾ ਹੈ, ਉਨਕੋ ਰੀਅਲਾਈਜ਼ ਕਰਾਨਾ ਹੈ, ਚਾਹੇ ਆਪਣੇ ਪਾਓ ਕੱਟ ਜਾਏ, ਚਾਹੇ ਆਪਣੀ ਜ਼ਿੰਦਗੀ ਬਰਬਾਦ ਹੋ ਜਾਏ, ਹੈ ਨਾ। ਹੁਣ ਦੇਖੋ, ਇੱਕ ਪਤੀ ਘਰ ਆਉਂਦਾ ਹੈ, ਉਹਨੂੰ ਆਫਿਸ ਵਾਲਿਆਂ ਨੇ ਕਿਹਾ ਸੀ ਤੇਰੀ ਪਤਨੀ ਤੇਰੇ ਕੋਲ ਬਹੁਤ ਜ਼ਿਆਦਾ ਤੰਗ ਕਰਤੀ ਹੈ, ਉੱਚਾ ਉੱਚਾ ਬੋਲਤੀ ਹੈ, ਤੂੰ ਡਰਦਾ ਉਸੇ, ਆ ਜਾ ਕੇ ਕਹਿ ਦੇ ਗਲਾਸ ਪਾਣੀ ਦੇ, ਨਹੀਂ ਤੋ ਦੋ ਤਿੰਨ ਵਾਰੀ ਬੋਲੇਗਾ ਉਹ ਪਾਣੀ ਦੇ ਦੇਗੀ, ਪਰ ਉਹ ਵਿਚਾਰੇ ਨੂੰ ਪਤਾ ਨਹੀਂ ਸੀ, ਉਹਨੇ ਕਿਹਾ ਇੱਕ ਗਲਾਸ ਪਾਣੀ ਦਿਓਗੋ, ਬੋਲੀ ਨਹੀਂ ਤੋ, ਅੱਛਾ ਨਹੀਂ ਤੋ, ਫਿਰ ਵਿਚਾਰਾ ਡਰ ਗਿਆ। ਹੁਣ ਆਫਿਸ ਵਾਲੇ ਤਾਂ ਨਾਲ ਨਹੀਂ ਬੈਠੇ ਸੀ, ਡਰ ਗਿਆ, ਉਹ ਵੇਲਾ ਚੁੱਕ ਕੇ ਆਈ, ਮਾਰੂੰਗੀ, ਉਹ ਡਰ ਗਿਆ, ਡਰ ਕੇ ਪਤਾ ਉਹਨੇ ਕੀ ਕੀਤਾ, ਬੈੱਡ ਦੇ ਥੱਲੇ ਵੜ ਗਿਆ, ਬਾਹਰ ਨਿਕਲ, ਨਹੀਂ ਨਿਕਲੂੰਗਾ, ਨਿਕਲੋ ਬਾਹਰ, ਨਹੀਂ ਨਿਕਲੂੰਗਾ। ਪੜੋਸੀ ਆ ਗਏ, ਅਰੇ ਇਤਨਾ ਸ਼ੋਰ ਮਚ ਰਿਹਾ, ਤੂੰ ਬਾਹਰ ਨਿਕਲ ਆਉਣਾ, ਕਹਿੰਦਾ ਜਾਓ ਜਾਓ, ਮੈਂ ਘਰ ਕਾ ਮਾਲਿਕ ਹੂੰ, ਮੇਰੀ ਮਰਜ਼ੀ, ਜਾਂ ਮਰਜ਼ੀ ਬੈਠੂੰ, ਬੈਠਾ ਕਾਂ ਹੈ, ਮੰਜੀ ਥੱਲੇ, ਕਿਹਦਾ ਜੀਵਨ ਖਰਾਬ ਹੋ ਰਿਹਾ, ਪੜੋਸੀਆਂ ਦਾ, ਆਪਣਾ, ਆਪਣਾ ਜੀਵਨ ਬਰਬਾਦ ਕਰੀ ਜਾ ਰਹੇ ਹਾਂ, ਆਪਣਾ ਜੀਵਨ ਬਰਬਾਦ ਕਰਕੇ ਉਹੀ ਉਹ ਮੂਰਖ ਦੋਸਤਾਂ ਦੇ ਵਿੱਚ ਆਪਣੇ ਆਪ ਨੂੰ ਫਿੱਟ ਇਨ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਇੱਥੇ ਜਿਹੜੀ ਪੜ੍ਹਾਈ ਕਰਨ ਆਇਆ, ਇਹਦੇ ਵਿੱਚ ਟੀਚਰ ਔਰ ਪ੍ਰਿੰਸੀਪਲ ਸਿਰਫ ਸਿਲੇਬਸ ਖਤਮ ਕਰਾਉਣਗੇ, ਸਿਰਫ ਡਿਗਰੀ ਦੇਣਗੇ, ਲੇਕਿਨ ਲਾਈਫ ਇਸ ਤੋਂ ਅੱਗੇ ਕੁਛ ਹੋਰ ਹੈ। ਐਮ ਆਈ ਰਾਈਟ? ਲਾਈਫ ਐਸੇ ਤਾਂ ਨਹੀਂ ਹੈ ਜਿਸ ਦਿਨ ਡਿਗਰੀ ਪ੍ਰਾਪਤ ਕਰੋਗੇ ਉਸ ਦਿਨ ਕਾਮਯਾਬ ਹੋ ਗਏ, ਚਲੋ ਖਤਮ। ਫਿਲਮਾਂ 'ਚ ਐਂਦ ਹੁੰਦਾ, ਪਹਿਲੇ ਇੱਕ ਲੜਕਾ ਲੜਕੀ ਇੱਕ ਕੋ ਪਿਆਰ ਕਰਤੇ ਦਿਖਾਤੇ ਹੈ, ਫਿਰ ਬੀਚ ਮੇਂ ਵਿਲਨ ਆ ਜਾਤਾ ਹੈ, ਫਿਰ ਬੀਚ ਮੇਂ ਮੰਮੀ ਪਾਪਾ ਆ ਜਾਤੇ ਹੈ, ਫਿਰ ਬੜਾ ਝਗੜਾ ਹੋਤਾ ਹੈ, ਅਲਟੀਮੇਟਲੀ ਦੋਨੋਂ ਮਿਲ ਗਏ, ਦੀ ਐਂਡ। ਵੋ ਅਭੀ ਦੀ ਐਂਡ ਨਹੀਂ ਹੋਇਆ, ਅਬ ਤੋ ਸ਼ੁਰੂ ਹੈ। ਪਰ ਫਿਲਮਾਂ ਵਾਲੇ ਉਹ ਸ਼ੁਰੂ ਦਿਖਾ ਨਹੀਂ ਸਕਦੇ, ਉਹ ਦੀ ਐਂਡ ਕਰ ਦਿੱਤੇ ਹੈ। ਅਸੀਂ ਸੋਚ ਰਹੇ ਹਾਂ ਡਿਗਰੀ ਲੈ ਜਾਊਂਗਾ ਮੈਂ, ਕਾਲਜ ਮੈਂ ਯਾਂ ਕੁਛ ਸਿੱਖਣਾ, ਥੋੜ੍ਹਾ ਮੋਰਲ ਵੈਲਿਊ ਥੋੜ੍ਹਾ ਸਿੱਖਣਾ ਆਇਆ ਹੂੰ, ਸਿਲੇਬਸ ਪੜ੍ਹਨਾ ਹੈ, ਡਿਗਰੀ ਲੈਣੇ ਹੈ, ਉਹ ਪ੍ਰਿੰਸੀਪਲ ਕੋ ਸਲਾਮ ਕਰੋ ਜਾਂ ਨਾ ਕਰੋ, ਮਾਸਟਰ ਕੋ ਸਲਾਮ ਕਰੋ ਜਾਂ ਨਾ ਕਰੋ, ਹਾਜ਼ਰੀ ਲੱਗੇ ਨਾ ਲੱਗੇ, ਲੈਟ ਅਸ ਫਿਨਿਸ਼ ਮਾਈ ਕਾਲਜ ਟਾਈਮ ਪੀਰੀਅਡ ਐਂਡ ਗੈਟ ਦਾ ਡਿਗਰੀ ਐਂਡ ਗੈਟ ਆਫ, ਬਸ ਫਿਰ ਤਾਂ ਕਾਰਪੋਰੇਟ ਸੈਕਟਰ 'ਚ ਜਾਏਗਾ, ਫਿਰ ਬੜੀ ਮੌਜ ਹੋਗੀ। ਇਹ ਮੌਜ ਬੱਚਾ ਸੋਚ ਰਿਹਾ ਸੀ, ਜਦੋਂ ਮੇਰੇ ਕੋਲ ਮੰਮੀ ਪਾਪਾ ਛੋੜੇ ਮੈਂ ਪਲੇ ਸਕੂਲ ਮੈਂ ਜਾਊਂਗਾ, ਮੌਜ ਹੋਗੀ। ਪਲੇ ਸਕੂਲ 'ਚ ਗਿਆ, ਬੜੇ ਸਕੂਲ ਵਾਲੇ ਬੱਚੇ, ਬੜਾ ਮੌਜ ਹੈ ਯਾਰ, ਇਹ ਤੋਂ ਆਪਣੀ ਮਰਜ਼ੀ ਸੇ ਆਤੇ ਹੈ, ਮਰਜ਼ੀ ਸੇ ਜਾਤੇ ਹੈ, ਮੈਂ ਵੋ ਬਣੂੰਗਾ, ਵਹਾਂ ਵੋ ਸੋਚ ਰਹੇ ਤੇ ਕਾਲਜ ਮੈਂ ਮੌਜ ਹੋਗੀ। ਅਬ ਕਾਲਜ ਮੈਂ ਆਪ ਸੋਚ ਰਹੇ ਹੋ ਜਬ ਕਾਰਪੋਰੇਟ ਸੈਕਟਰ ਮੇਂ ਚਲੇ ਜਾਏਂਗੇ ਤੋ ਮੌਜ ਹੋਗੀ, ਜਬ ਕਾਰਪੋਰੇਟ ਸੈਕਟਰ ਮੈਂ ਚਲੇ ਜਾਓਗੇ ਨਾ, ਉਸਕੇ ਆਗੇ ਵੀ ਕੋਈ ਸੈਕਟਰ ਹੈ, ਉਹਦੇ ਵਾਸਤੇ ਵਿਵੇਕ ਬੁੱਧੀ ਚਾਹੀਦੀ ਹੈ, ਉਹਦੇ ਵਾਸਤੇ ਫਿਰ ਮੰਮੀ ਵਾਪਸ ਲਿਆਉਣੀ ਪਏਗੀ ਆਪਣੀ ਲਾਈਫ ਵਿੱਚ, ਨੂੰ ਲਿਆਵਾਂਗੇ ਤਾਂ ਹੀ ਮੰਮੀ ਪਾਪਾ ਵੀ ਆ ਹੀ ਜਾਣਗੇ। ਲੇਕਿਨ ਅਸੀਂ ਮੰਮੀ ਪਾਪਾ ਨੂੰ ਦੂਰ ਰੱਖਦੇ ਹਾਂ, ਉਹਨੂੰ ਕਰਕੇ ਇੱਕ ਮੂਰਖ ਸੋ ਕਾਲਡ ਬੋਏਫ੍ਰੈਂਡ ਗਰਲਫ੍ਰੈਂਡ ਦੀ ਗੇਮ ਦੀ ਰੈਟ ਰੇਸ 'ਚ ਫਸੇ ਹੋਏ ਹਾਂ ਕਿ ਫਿੱਟ ਕਰਾਉਣਾ ਹੈ ਕਿਸੇ ਤਰ੍ਹਾਂ ਸੁਸਾਇਟੀ। ਅਸੀਂ ਕਿਸੇ ਵੀ ਸੁਸਾਇਟੀ ਅੰਦਰ ਫਿੱਟ ਹੋਣ ਵਾਸਤੇ ਜ਼ਿਆਦਾ ਅਕਲ ਨਹੀਂ ਰੱਖਦੇ, ਕਿਹੜੀਆਂ ਡਿਗਰੀਆਂ ਲੈ ਜਾਵਾਂਗੇ, ਕਿਹੜੇ ਕਾਰਪੋਰੇਟ ਸੈਕਟਰ ਪਹੁੰਚ ਜਾਵਾਂਗੇ, ਕਿਤਨੀਆਂ ਉੱਚੀਆਂ ਤਨਖਾਹਾਂ ਲੈ ਲਾਂਗੇ। ਅਸੀਂ ਹਰ ਵੇਲੇ ਸੋਚ ਰਹੇ ਹਾਂ ਫਿੱਟ ਇਨ ਹੋ ਜਾਈਏ, ਕਿਉਂਕਿ ਕੋਲ ਟਰੱਸਟ ਨਹੀਂ ਹੈ। ਜੇ ਆਪਣਾ ਟਰੱਸਟ ਗੁਆਚ ਗਿਆ, ਆਜ਼ਾਦੀ ਨਹੀਂ ਮਿਲੀ। ਅਸਲੀ ਆਜ਼ਾਦੀ ਪਤਾ ਕਿਆ ਹੈ? ਆਪਣੇ ਇਸ ਈਵਲ ਤੋਂ ਛੁੱਟ ਜਾਈਏ, ਟਰੱਸਟ ਲੈ ਲਿਆ ਆਪਣਾ, ਆਪਣੇ ਉੱਪਰ ਆਪਣਾ ਟਰੱਸਟ ਲੈ ਲਿਆ ਨਾ, ਆਪਣੇ ਆਪ ਕੋ ਪਿਆਰ ਕਰ ਲਿਆ ਨਾ, ਦੈਟ ਇਜ਼ ਰੀਅਲ ਇੰਡੀਪੈਂਡੈਂਸ ਡੇ, ਦੈਟ ਇਜ਼ ਰੀਅਲ ਆਜ਼ਾਦੀ, ਉਹ ਆਪਣਾ ਦੇਸ਼ ਆਜ਼ਾਦ ਹੋ ਗਿਆ। ਇਹ ਆਪਣਾ ਮਨ ਜੀਤੈ ਜਗ ਜੀਤ, ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਵਾਓ, ਇਹ ਆਜ਼ਾਦੀ ਦੇ ਮੀਨਿੰਗ ਸੁਣਦੇ ਨੇ? ਆਜ਼ਾਦੀ ਦੇ ਮੀਨਿੰਗ ਆਮ ਤੌਰ 'ਤੇ ਕੀ ਕੀਤੇ ਜਾਂਦੇ ਨੇ? ਮੰਮੀ ਪਾਪਾ ਦੇਖੇ ਨਹੀਂ, ਭਈਆ ਕੋ ਪਤਾ ਨਾ ਲੱਗੇ, ਕੋਈ ਇੰਟਰਨੈਟ 'ਤੇ ਜੋ ਮੈਂ ਕੁਛ ਕਰ ਰਿਹਾ ਜਾਂ ਕਰ ਰਹੀ ਹੂੰ ਉਸਕੋ ਕੋਈ ਦੇਖੇ ਤੋ ਵਿੰਡੋ ਮਿਨੀਮਾਈਜ਼ ਕਰ ਦਿਓ। ਕਿਸਕੋ ਫੋਨ ਕੀਆ ਔਰ ਕਿਸਕਾ ਫੋਨ ਆਇਆ ਛੇਤੀ ਨਾਲ ਡਿਲੀਟ ਕਰ ਦਿਓ। ਇਹ ਬੋਲਡ ਹੈ, ਇਹ ਬੋਲਡ ਹੈ, ਸਰ ਆਪਣੇ ਉੱਪਰ ਟਰੱਸਟ ਨਹੀਂ ਹੈ, ਕਿਉਂਕਿ ਕਿੱਥੇ ਕੁਛ ਕੀਤਾ, ਮਨ ਜਾਣੇ ਸਭ ਬਾਤ, ਜਾਨਤੀ ਔਗੁਣ ਕਰਿਆ,
ਇਸ ਤਰ੍ਹਾਂ ਮਾਈ ਡੀਅਰਸ, ਮੇਰੇ ਪਿਆਰੇ ਸਾਥੀਓ, ਤੁਹਾਡੇ ਬਾਅਦ ਅਗਲਾ ਬੈਚ ਆਏਗਾ, ਅਸੀਂ ਉਹਦੇ ਨਾਲ ਵੀ ਇੰਝ ਹੀ ਗੱਲ ਕਰਾਂਗੇ। ਪਰ ਤੁਸੀਂ ਦੁਨੀਆ 'ਚ ਕਿੱਥੇ ਜਾਓਗੇ ਨਾ, ਜੇ ਤੁਹਾਡੇ 'ਚੋਂ ਕਿਸੇ ਦਾ ਵੀ ਜੀਵਨ ਸੰਵਰ ਗਿਆ, ਤਾਂ ਤੁਸੀਂ ਉਸ ਪਿਆਰ ਨੂੰ, ਫਰੈਗਰੈਂਸ ਨੂੰ ਦੁਨੀਆ ਤੱਕ ਫੈਲਾ ਸਕੋਗੇ। ਰਿਚੈਸਟ ਮੈਨ ਉਸਕੋ ਬੋਲਤੇ ਹੈ ਜੋ ਉਸਕੇ ਪਾਸ ਹੈ ਵੋ ਦੂਸਰੋ ਕੋ ਦੇਤਾ ਹੈ ਔਰ ਉਸਕੇ ਬਦਲੇ ਚਾਰਜ ਕੁਛ ਨਹੀਂ ਕਰਤਾ। ਮੈਂ ਨਾ ਤੁਹਾਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ, ਆਪਣੇ ਆਪ ਨੂੰ ਨਾ ਭੁੱਲ ਜਾਣਾ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ ਲਵੋ। ਇਹ ਕੋਲੇਜ ਜਿਹਨੇ ਸਾਡਾ ਦਿਲ ਲੁੱਟਿਆ, ਤੂਤਕ ਤੂਤਕ ਤੂਤੀਆ, ਸਾਡੇ ਨਾਲ ਰੋਗੇ ਅਤੇ ਐਸ਼ ਕਰੋਗੇ। ਇਹ ਐਸ਼ ਕੋਈ ਨਹੀਂ ਹੈ, ASH ਰਾਖ ਹੈ, ਰਾਖ। ਇਹ ਐਸ਼ ਕੋਈ ਨਹੀਂ ਹੈ, ਸਾਡੇ ਨਾਲ ਰੋਗੇ ਅਤੇ ਰਾਖ ਬਣੋਗੇ। ਹੋ ਰਿਹਾ ਕਿਉਂ? ਕਿਉਂਕਿ ਕੋਲੇਜ ਦੀ ਡਿਗਰੀ ਲੈਣ ਤੋਂ ਬਾਅਦ ਕਾਰਪੋਰੇਟ ਸੈਕਟਰ ਜਾਣ ਤੱਕ ਤਾਂ ਮੈਂ ਆਪਣਾ ਬੋਏਫ੍ਰੈਂਡ, ਗਰਲਫ੍ਰੈਂਡ, ਆਪਣਾ ਲਾਈਫ ਦਾ ਪਾਰਟਨਰ ਚੂਜ਼ ਕਰ ਲਿਆ ਸੀ ਔਰ ਆਪਣਾ ਸਪਾਊਸ ਮੈਂ ਤੈਅ ਕਰ ਲਿਆ। ਪਰ ਮੇਰੇ ਕੋਲ ਪਤਾ ਕੀ ਹੈ? ਟਰੱਸਟ ਨਹੀਂ ਹੈ, ਆਪਣੇ ਉੱਤੇ ਟਰੱਸਟ ਨਹੀਂ ਹੈ, ਸੈਲਫ ਐਸਟੀਮ ਨਹੀਂ ਹੈ। ਜਿਹਨੂੰ ਆਪਣੇ 'ਤੇ ਟਰੱਸਟ ਨਾ ਰਹੇ, ਉਹਦਾ ਦੂਜਿਆਂ ਤੋਂ ਟਰੱਸਟ ਉੱਡ ਜਾਂਦਾ ਹੈ। ਇਸ ਕਰਕੇ ਮੈਂ ਪਤਾ ਕੀ ਕੀਤਾ, ਮੈਂ ਆਪਣੇ ਮੰਮੀ ਪਾਪਾ ਤੋਂ ਟਰੱਸਟ ਗਵਾਇਆ, ਸਾਰਿਆਂ ਤੋਂ ਟਰੱਸਟ ਗਵਾਇਆ। ਮੈਨੂੰ ਆਫਿਸ 'ਚ ਵੀ ਕਿਸੇ ਦਾ ਟਰੱਸਟ ਨਹੀਂ ਹੈ, ਮੇਰੀ ਫਾਈਲ ਕੋਈ ਦੇਖ ਨਾ ਜਾਏ, ਮੈਂ ਲੌਕ ਕਰਕੇ ਆਤਾ ਹੂੰ, ਆਤੀ ਹੂੰ। ਮੈਨੇ ਆਪਣਾ ਪਾਸਵਰਡ ਐਸੇ ਡਾਲੋ ਹੋਇਆ ਆਫਿਸ ਮੈਂ, ਕੋਈ ਨਾ ਦੇਖ ਸਕੇ। ਟਰੱਸਟ ਨਹੀਂ ਹੈ ਨਾ, ਇਸ ਟਰੱਸਟ ਨਾ ਹੋਣ ਦੇ ਕਾਰਨ ਆਪਣਾ ਜਿਹੜਾ ਇੱਕ ਮੂਰਖ ਬੋਏਫ੍ਰੈਂਡ, ਗਰਲਫ੍ਰੈਂਡ ਲੱਭਿਆ ਸੀ, ਜਿਸ ਨੂੰ ਸਪਾਊਸ ਸਾਰੀ ਉਮਰ ਕਾ, ਉਸਕੇ ਬਿਨਾਂ ਤੋਂ ਮੈਂ ਰਹਿ ਹੀ ਨਹੀਂ ਸਕਤੀ। ਕੁੜੀਆਂ 'ਚ ਗੱਲਾਂ ਕਰਦੇ ਹਾਂ ਜਿਹਨਾਂ ਦੀ ਅਸੀਂ ਕਾਊਂਸਲਿੰਗ ਕਰਦੇ ਹਾਂ ਨਾ, ਨੋ ਨੋ, ਉਸਕੇ ਬਿਨਾਂ ਤੋਂ ਮੈਂ ਰਹਿ ਹੀ ਨਹੀਂ ਸਕਤੀ। 25 ਸਾਲ ਜਿਹੜੇ ਮੰਮੀ ਪਾਪਾ ਕੋਲ ਰਹੀ, ਉਹਨਾਂ ਦਾ ਪਿਆਰ 0, 6 ਮਹੀਨੇ ਜਾਂ 2 ਸਾਲ ਇੱਕ ਮੁੰਡੇ ਦੇ ਨਾਲ ਪੜ੍ਹੀ ਹੈ, ਆਫਿਸ ਕਿਊਬਿਕ ਦੇ ਨਾਲ ਬੈਠੀ ਹੈ। ਸ਼ਾਮ ਕੋ ਕਿਆ ਕਰ ਰਹੇ ਹੋ? ਇਤਨੀ ਦੇਰ ਮੈਂ ਸਾਰਾ ਟਰੱਸਟ ਵਹਾਂ ਪਰ ਬਣਾ ਲਿਆ ਔਰ 25 ਸਾਲ ਦੇ ਮੰਮੀ ਪਾਪਾ 0 ਹੋ ਗਏ, ਇਸਕੇ ਬਿਨਾ ਮੈਂ ਨਹੀਂ ਰਹਿ ਸਕਤੀ। ਅਬ ਜਬ ਉਸਕੇ ਸਾਥ ਰਹਿਣਾ ਸ਼ੁਰੂ ਕੀਆ, ਟਰੱਸਟ ਨਹੀਂ ਹੈ ਨਾ, ਆਦਤ ਹੀ ਨਹੀਂ ਹੈ ਨਾ, ਸੈਲਫ ਐਸਟੀਮ ਹੀ ਨਹੀਂ ਹੈ ਨਾ, ਸ਼ੱਕ ਕਰਨੇ ਕੀ ਆਦਤ ਆਪਣੇ ਉੱਪਰ ਹੀ ਪੜ ਗਈ, ਆਪਣੇ ਕੋਈ ਪਿਆਰ ਨਹੀਂ ਕਰਤੇ। ਤੁਮ ਲੇਟ ਕਿਉਂ ਆਏ, ਉਸਕੋ ਕਿਉਂ ਦੇਖ ਰਹੇ ਥੇ, ਉਸਕੀ ਤਰਫ ਦੇਖ ਕੇ ਹੱਸ ਕਿਉਂ ਰਹੇ ਥੇ, ਤੁਮਨੇ ਉਸਕੇ ਸਾਥ ਡਾਂਸ ਕਿਉਂ ਕੀਆ, ਹੈ ਨਾ? ਤੋ ਮੇਰੇ ਕੋ ਤੋ ਆਦਤ ਪੜੀ ਹੈ, ਮੈਨੇ ਆਪਣੇ ਆਪ ਕੋ ਤਲਾਕ ਦਿਆ ਥਾ, ਮੰਮੀ ਪਾਪਾ ਕੋ ਤਲਾਕ ਦਿਆ ਥਾ, ਮੈਨੇ ਹਸਬੈਂਡ ਵਾਈਫ ਕੋ ਵੀ ਤਲਾਕ ਦੇ ਦਿਆ। ਇਸ ਕਰਕੇ ਡਿਵੋਰਸ ਚਾਰੋ ਪਾਸੇ ਬਿਲਕੁਲ ਇਸ ਤਰ੍ਹਾਂ ਤੂਫਾਨ ਵਾਂਗੂ ਸਾਵਨ ਭਾਦੋ ਡਿਵੋਰਸ ਦਾ ਹਰ ਵੇਲੇ ਲੱਗਾ ਰਹਿੰਦਾ ਹੈ। ਤੁਹਾਨੂੰ ਇਹ ਚੀਜ਼ਾਂ ਡਿਗਰੀ ਦੀਆਂ ਕਿਤਾਬਾਂ 'ਚ ਨਹੀਂ ਮਿਲਣਗੀਆਂ। ਡਿਗਰੀਆਂ ਜਿਤਨੀ ਮਰਜ਼ੀ ਪੜ੍ਹੋ, ਜਿਸ ਮਰਜ਼ੀ ਕਾਰਪੋਰੇਟ ਸੈਕਟਰ 'ਚ ਜਾਓ, ਜਿਤਨੇ ਮਰਜ਼ੀ ਟੈਕਨੋ ਸੈਵੀ ਗਿਜ਼ਮੋਸ 'ਤੇ ਖੇਡ ਲਵੋ, ਪਰ ਇਹ ਚੀਜ਼ ਕੋਈ ਨਹੀਂ ਦੱਸੇਗਾ। ਜੇ ਨਹੀਂ ਦੱਸੇਗਾ ਤਾਂ ਤੁਹਾਡਾ ਆਪਣਾ ਸਪਾਊਸ 'ਤੇ ਟਰੱਸਟ ਨਹੀਂ ਰਹੇਗਾ ਅਤੇ ਲਾਈਫ ਬਰਬਾਦ ਹੋ ਜਾਏਗੀ। ਬੜੇ ਸਾਰੇ ਮੁੰਡੇ ਕੁੜੀਆਂ ਦੀ ਕਾਊਂਸਲਿੰਗ ਵੇਲੇ ਅਸੀਂ ਸੁਣਦੇ ਹਾਂ, ਅਸੀਂ ਡਿਪਰੈਸ਼ਨ ਵਾਲੇ ਪੇਸ਼ੈਂਟਸ ਔਰ ਲਵ ਮੈਰਿਜ ਵਾਲੇ ਪ੍ਰੋਬਲਮਸ ਔਰ ਡਿਵੋਰਸ ਕੇਸਿਸ ਦੇ ਬਾਰੇ ਕਾਊਂਸਲਿੰਗ ਕਰਦੇ ਹਾਂ, ਸ਼ਕੀਜ਼ੋਫਰੇਨਿਕ ਦੀ ਕਾਊਂਸਲਿੰਗ ਕਰਦੇ ਹਾਂ। ਉਹਨਾਂ ਦੇ ਨਾਲ ਕਾਊਂਸਲਿੰਗ ਵੇਲੇ ਪਤਾ ਲੱਗਦਾ ਕਿ ਉਹ ਆਪਣੇ ਸਪਾਊਸ ਦੇ ਬਾਰੇ ਕੀ ਸੋਚ ਰਹੇ ਨੇ, ਸਾਨੂੰ ਉੱਥੋਂ ਗੱਲਾਂ ਪਤਾ ਲੱਗਦੀਆਂ ਨੇ। ਤਲਾਕ ਲੈ ਲੇਂਗੇ, ਉਹ ਕਹਿ ਰਹੇ ਹੁੰਦੇ ਨੇ, ਜਬ ਤੱਕ ਮੈਂ ਕਾਲਜ ਮੇਂ ਥਾ ਯਾ ਥੀ, ਸਭ ਮੇਰੇ ਕੋ ਬੋਲਤੇ ਥੇ ਤੂੰ ਤੋ ਬਹੁਤ ਹਸਮੁਖ ਥੇ, ਤੁਮ ਤੋ ਬਹੁਤ ਹੱਸਤੇ ਖੇਲਤੇ ਥੇ, ਬੜੀ ਮੌਜ ਥੀ, ਕੋਈ ਫਿਕਰ ਫਾਕਾ ਨਹੀਂ ਥਾ, ਪਤਾ ਨਹੀਂ ਕਿਆ ਹੂਆ, ਜ਼ਿੰਦਗੀ ਮੇਂ ਇਕਦਮ ਸੇ ਸਭ ਕੁਛ ਉਲਟ ਹੋ ਗਿਆ, ਸ਼ੱਕ ਕਰਨੇ ਕੀ ਆਦਤ ਬਣ ਗਈ ਹੈ, ਹੈਪੀਨੈਸ ਖਤਮ ਹੋ ਗਈ ਹੈ, 32 ਕੇ 32 ਦਾਂਤ ਐਸੇ ਜੇ ਉੱਥੇ ਟੁੱਟ ਗਏ ਹੈ, ਐਸੇ ਹੋ ਗਿਆ, ਹੋ ਹੀ ਜਾਂਦਾ, ਹੋ ਹੀ ਜਾਏਗਾ, ਇਫ ਯੂ ਡੋਂਟ ਗੈਟ ਅਪ, ਇਫ ਯੂ ਡੋਂਟ ਵੇਕ ਅਪ, ਯੂ ਹੈਵ ਟੂ ਵੇਕ ਅਪ। ਪੜ੍ਹਦਿਆਂ ਪੜ੍ਹਦਿਆਂ ਵੇਕ ਅਪ ਹੋ ਜਾਣਾ ਤੁਹਾਡਾ ਹਾਈਐਸਟ ਟਾਈਮ ਹੈ, ਡੋਂਟ ਵੇਸਟ ਦਿਸ ਟਾਈਮ।
ਇਹ ਟਾਈਮ ਕਦੀ ਨਹੀਂ ਆਏਗਾ। ਡੋਂਟ ਵੇਸਟ ਯੂਰ ਟਾਈਮ ਫੋਰ ਸੋ ਕਾਲਡ ਲਵ ਮੈਰਿਜ, ਸੋ ਕਾਲਡ ਵੇਸਟਿੰਗ ਯੂਰ ਟਾਈਮ ਵਿਦ ਦਾ ਸੋ ਕਾਲਡ ਬੋਏ ਐਂਡ ਬੋਏਫ੍ਰੈਂਡ ਗਰਲਫ੍ਰੈਂਡ। ਮੈਂ ਸੋ ਕਾਲਡ ਜਾਣ ਕੇ ਕਰ ਰਿਹਾ, ਕਿਉਂਕਿ ਉਹਨੂੰ ਨਹੀਂ ਕਹਿੰਦੇ ਨੇ ਬੋਏਫ੍ਰੈਂਡ ਗਰਲਫ੍ਰੈਂਡ, ਜਿਹਦੇ ਵਿੱਚ ਮੰਮੀ ਪਾਪਾ ਦਾ ਟਰੱਸਟ ਜਾਂਦਾ ਰਹਿੰਦਾ, ਜਿਹਦੇ ਵਿੱਚ ਦੋ ਕੁੜਮ ਸਮਧੀ ਆਪਸ ਵਿੱਚ ਲੜੇ ਰਹਿੰਦੇ ਨੇ, ਜਿਹਦੇ ਵਿੱਚ ਮਨ ਮੁਟਾਵ ਬਣਿਆ ਰਹਿੰਦਾ, ਜਿਹਦੇ ਵਿੱਚ ਤੁਹਾਡਾ ਬੱਚਾ ਨਾ ਇਧਰ ਕਾ ਨਾ ਉਧਰ ਕਾ, ਇਹ ਸਾਰੀ ਦੀ ਸਾਰੀ ਗੜਬੜ ਹੁੰਦੀ ਜਾਂਦੀ ਹੈ। ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭਨਾ ਕੇ ਸਾਜਨ, ਤੁਹਾਡੇ ਕੋਲ ਉਹ ਵਾਲਾ ਵਿਜ਼ਡਮ, ਉਹ ਵਾਲਾ ਵਿਵੇਕ ਬੁੱਧੀ ਦਾ ਇੰਟਲੈਕਟ ਕਿਵੇਂ ਆ ਜਾਏ, ਜਿਹਦੇ ਨਾਲ ਆਪਣੇ ਆਪ 'ਤੇ ਪਰਉਪਕਾਰ ਕਰਕੇ ਆਪਣੇ ਆਪ ਨੂੰ ਪਿਆਰ ਕਰਨਾ ਆਉਂਦਾ, ਆਪਣਾ ਟੋਲਰੈਂਸ ਲੈਵਲ ਪੇਸ਼ੈਂਸ ਵੱਧਦੀ ਹੈ, ਔਰ ਸਹਿਜ ਅਤੇ ਟਰੱਸਟ ਆ ਜਾਂਦਾ ਅਤੇ ਚਾਰੋਂ ਪਾਸੇ ਸਾਰਿਆਂ ਨਾਲ ਬਣ ਜਾਂਦੀ ਹੈ। ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭਨਾ ਕੇ ਸਾਜਨ ਵਾਲੀ ਗੁਰੂ ਗ੍ਰੰਥ ਸਾਹਿਬ ਦੀ ਇਹ ਪੰਕਤੀ ਕੰਮ ਆਉਂਦੀ ਹੈ, ਸਾਰਿਆਂ ਨਾਲ ਪਿਆਰ ਬਣ ਜਾਂਦਾ, ਬੰਦਾ ਕੋਰਨਰ ਨਹੀਂ ਹੋ ਸਕਦਾ, ਬੰਦਾ ਡਿਪਰੈਸ ਨਹੀਂ ਹੋ ਸਕਦਾ, ਬੰਦਾ ਉਦਾਸ ਨਹੀਂ ਹੋ ਸਕਦਾ, ਬੰਦਾ ਇਕੱਲਾ ਫੀਲ ਨਹੀਂ ਕਰ ਸਕਦਾ, ਬੰਦਾ ਲੋਨਲੀ ਨਹੀਂ ਹੋ ਸਕਦਾ, ਬੰਦਾ ਪੂਰੀ ਦੁਨੀਆ ਦੇ ਨਾਲ ਰਹਿ ਕੇ ਪੂਰੀ ਦੁਨੀਆ ਦੇ ਵਿੱਚ ਪੂਰੀ ਪੂਰੀ ਮੌਜ ਮਾਣ ਸਕਦਾ, ਉਹ ਮੌਜ ਹੈ ਐਕਸਟੈਸੀ, ਵਨਨੈਸ, ਆਨੰਦ, ਖੇੜਾ, ਵਿਗਾਸ, ਖੁਸ਼ੀ। ਯੂ ਵਾਂਟ ਦੈਟ? ਔਰ ਯੂ ਵਾਂਟ ਕਿ ਡਿਗਰੀ ਮਿਲ ਜਾਏ, ਫਿਰ ਮੈਂ ਇੱਕ ਦਿਨ ਕਿਸੇ ਕੰਪਨੀ ਕਾ CEO ਬਣ ਜਾਊਂਗਾ, ਔਰ ਮੇਰੇ ਕਾਲਰ ਐਸੇ ਹੀ ਅਕੜੇ ਰਹੇਗੇ, ਔਰ ਮੈਂ ਆਪਣੇ ਕਿਊਬਿਕ ਮੇ ਬੈਠਾ ਹੀ ਰਹੂੰਗਾ, ਵਹਾਂ ਪਰ ਅੰਦਰ ਕੋਈ ਨਹੀਂ ਆ ਸਕਦਾ, ਔਰ ਜਬ ਮੇਰਾ ਦਿਲ ਕਰੇਗਾ ਟਿੰਗ ਟਿੰਗ, ਬਹਿਰਾ ਅੰਦਰ ਆਓ, ਇੱਕ ਗਲਾਸ ਪਾਣੀ ਲਿਆਓ, ਬਹਿਰਾ ਚਲੇ ਜਾਓ, ਰੋਬੋਟ ਕੀ ਤਰ੍ਹਾਂ ਮੈਂ ਐਸੇ ਐਸੇ ਬੈਲ ਦਬਾਇਆ ਕਰੂੰਗਾ ਜੋ ਅੰਦਰ ਹਾਂ ਕਿਆ ਬਾਤ ਹੈ, ਬੈਠ ਜਾਓ, ਫਾਈਲ ਦਿਖਾਓ, ਕਾਮ ਪੂਰਾ ਹੋਇਆ ਕਿ ਨਹੀਂ, ਐਸੇ ਹੀ ਕਰਕੇ ਮੈਂ ਜਬ ਮੈਂ ਆਪਣੇ ਕਿਊਬਿਕ ਸੇ ਬਾਹਰ ਨਿਕਲੂੰਗਾ, ਔਰ ਮੈਂ ਐਸੇ ਐਸੇ ਚਲੂੰਗਾ ਜੈਸੇ ਰੋਬੋਟ ਚਲਤਾ ਹੈ, ਇਧਰ ਉਧਰ ਨਹੀਂ ਦੇਖੂੰਗਾ, ਕਿਉਂਕਿ ਮੈਂ ਕੰਪਨੀ ਕਾ ਬੋਸ ਹੂੰ, ਮੈਂ ਬਹੁਤ ਬੜਾ ਹੂੰ, ਮੈਂ ਬੜਾ ਫਲਾਤੂਨ ਹਾਂ, ਮੈਂ ਮਹਾਂ ਬੇਵਕੂਫ ਹਾਂ। ਮਾਈ ਡੀਅਰ, ਇਸ ਗੇਮ ਤੋਂ ਬਚ ਕੇ ਰਹਿਣਾ, ਜਿਤਨੇ ਬਚੇ ਹੋਏ ਉਹ ਮੁਬਾਰਕ ਹੈ, ਅਦਰਵਾਈਜ਼ ਇਹ ਪੜ੍ਹਦਿਆਂ ਪੜ੍ਹਦਿਆਂ ਇਹ ਜਿਹਨਾਂ ਮਾਨਯੋਗ ਜੀ ਨਾ ਇੱਥੇ ਨਾਂ ਲਿਖਿਆ ਨਾ, ਉਹਨਾਂ ਦਾ ਪਰਪਜ਼ ਹੈ ਵੱਧ ਤੋਂ ਵੱਧ ਬੱਚੇ ਪੜ੍ਹ ਜਾਣ, ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਣ, ਅਤੇ ਵੱਧ ਤੋਂ ਵੱਧ ਮੋਰਲ ਵੈਲਿਊਜ਼ ਲੈਣ। ਮੋਰਲ ਵੈਲਿਊਜ਼ ਕਿੱਥੋਂ ਮਿਲਦੀਆਂ? ਧਰਮ 'ਤੇ। ਡੋਂਟ ਇਗਨੋਰ ਧਰਮ, ਧਰਮ ਇਜ਼ ਵਿਜ਼ਡਮ, ਧਰਮ ਇਜ਼ ਨੋਟ, ਆਈ ਡੋਂਟ ਮੀਨ ਕਿ ਤੁਮ ਹਿੰਦੂ ਹੋ ਤੋ ਮੁਸਲਮਾਨ ਬਣ ਜਾਓ, ਮੁਸਲਮਾਨ ਹੋ ਤੋ ਹਿੰਦੂ ਬਣ ਜਾਓ, ਜਾਂ ਸਿੱਖ ਬਣ ਜਾਓ, ਜਾਂ ਇਹ ਬਣ ਜਾਓ, ਉਹ ਬਣ ਜਾਓ। ਆਈ ਐਮ ਨੋਟ ਟਾਕਿੰਗ, ਆਈ ਐਮ ਟਾਕਿੰਗ ਯੂਨੀਵਰਸਲ ਧਰਮ, ਜਿਹਦੇ ਨਾਲ ਸਾਰਿਆਂ ਦੇ ਦਿਲ ਨੂੰ ਛੂ ਲਿਆ ਜਾਂਦਾ, ਸਭ ਕੋ ਮੀਤ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਨਿਰਮਲ ਕਰਮ ਹੋ ਜਾਂਦੇ ਨੇ, ਨਿਰਮਲ ਬਾਡੀ ਹੋ ਜਾਂਦੀ ਹੈ, ਨਿਰਮਲ ਥੋਟ ਪ੍ਰੋਸੈਸ ਹੋ ਜਾਂਦਾ ਹੈ, ਪੋਲਿਊਟਿਡ ਫਰੀ, ਪੋਲਿਊਸ਼ਨ ਫਰੀ ਥਿੰਕਿੰਗ ਬਣ ਜਾਂਦੀ ਹੈ, ਸਾਰਿਆਂ ਨਾਲ ਪਿਆਰ ਬਣ ਜਾਂਦਾ ਹੈ। ਇਹ ਵਾਲਾ ਪਿਆਰ ਸਿੱਖਣਾ ਅਸੀਂ ਪੜ੍ਹਦਿਆਂ ਪੜ੍ਹਦਿਆਂ ਸਿੱਖਣਾ ਅਤੇ ਦੂਜਿਆਂ ਨਾਲ ਸਾਂਝ ਕਰਨੀ ਹੈ। ਕੋਈ ਕਵੇ ਵਿਆਹ ਹੋਣ ਤੋਂ ਬਾਅਦ ਇਹ ਬੱਚਾ ਜਾਂ ਬੱਚੀ ਕਿੱਥੋਂ ਪੜ੍ਹਿਆ ਹੈ, ਉਹ ਕਹਿਣ ਇਹ ਸੰਤ ਬਚਿੱਤਰ ਸਿੰਘ ਇੰਜੀਨੀਅਰਿੰਗ ਕਾਲਜ ਤੋਂ ਪੜ੍ਹਿਆ, ਪਰ ਇਹ ਉੱਥੇ ਪੜ੍ਹਦਾ ਪੜ੍ਹਦਾ ਧਰਮ ਵੀ ਨਾਲ ਪੜ੍ਹ ਕੇ ਆਇਆ, ਮੋਰਲ ਵੈਲਿਊਜ਼ ਵੀ ਨਾਲ ਲੈ ਕੇ ਆਇਆ। ਆਫਿਸ ਵਿੱਚ ਵੀ ਲੋਕ ਗ੍ਰੇਟ ਗ੍ਰੇਟ ਕਹਿੰਦੇ ਨੇ, ਨੌਜਵਾਨਾਂ ਨੂੰ ਗਾਣਾ ਪਸੰਦ ਹੈ ਜਿਨ ਨੇ ਮੇਰਾ ਦਿਲ ਲੁੱਟਿਆ, ਅਸੀਂ ਗਾਣਾ ਗਾ ਰਹੇ ਹਾਂ ਦਿਲ ਲੁੱਟਣੇ ਨਹੀਂ ਦੇਂਗੇ, ਤੁਹਾਰਾ ਦਿਲ ਲੁੱਟਣੇ ਨਹੀਂ ਦੇਂਗੇ, ਡੋਂਟ ਲੈਟ ਐਨੀਬਡੀ ਲੁੱਟੋ ਯੂਅਰ ਦਿਲ, ਕਿਉਂਕਿ ਲੁਟੇਰੇ ਚਾਰੋਂ ਪਾਸੇ ਬੈਠੇ ਹੋਏ ਹੈ, ਤੁਹਾਰੇ ਜੋਬਨ ਸੇ ਖੇਲ ਕੇ ਚਲੇ ਜਾਏਂਗੇ, ਤੁਹਾਰੀ ਜ਼ਿੰਦਗੀ ਬਰਬਾਦ ਕਰ ਦੇਂਗੇ, ਤੁਮਕੋ ਸ਼ਰਾਬੀਆ ਜਾਂ ਅਡਿਕਟਿਡ ਬਣਾ ਦੇਂਗੇ, ਤੁਹਾਰੀ ਡਿਗਰੀ ਬਰਬਾਦ ਹੋ ਜਾਏਗੀ, ਤੁਹਾਰੇ ਟੱਬਰ ਵਾਲੇ ਦੁਖੀ ਹੋ ਜਾਏਂਗੇ, ਤੁਮ ਡਿਪਰੈਸ਼ਨ ਕੇ ਮਰੀਜ਼ ਹੋ ਜਾਓਗੇ, ਜਿਹਨੇ ਮੇਰਾ ਦਿਲ ਲੁੱਟਿਆ ਦੇ ਬਦਲੇ। ਵਰਸਿਸ ਲਿਵਿੰਗ ਟ੍ਰੈਜਰ ਸੇਸ ਕਿਸੇ ਕੋ ਦਿਲ ਮਤ ਲੁੱਟਣੇ ਦੇਣਾ। Sir, what do you have for millions? For? Millions of people, those who don't have food, job, and water, like basic things. We are talking about corporate world, this world, that world. So, what about the millions? Maybe we are talking, addressing only
A few of them. Only a few percentage. Jasbir Singh ji, I think tusi gurbani padhde ho. Yes, I do. Thank you. Gurbani. Aur main sharab bhi nahi pinda. ਜਸਬੀਰ ਸਿੰਘ ਜੀ ਬਾਣੀ ਪੜ੍ਹਦੇ ਹੋ ਨਾ, ਬਾਣੀ ਵਿੱਚ ਇੱਕ ਸ਼ਬਦ ਆਉਂਦਾ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਹੀ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਇਹਦਾ ਮਿਹਨਾ ਮੈਂ ਸ਼ੇਅਰ ਕਰਾਂ, ਇਹਦਾ ਮਿਹਨਾ ਰੱਬ ਜੀ ਸੁੱਖ ਦਿੱਤਾ ਬੜੀ ਮਿਹਰਬਾਨੀ ਹੈ, ਪਰ ਜੇ ਦੁੱਖ ਮਿਲੇ ਤਾਂ ਮੈਂ ਤੁਹਾਨੂੰ ਬਲੇਮ ਨਹੀਂ ਕਰਾਂਗਾ, ਪਰ ਜੇ ਮੈਨੂੰ ਭੁੱਖਾ ਰਹਿਣਾ ਪਵੇ ਤਾਂ ਵੀ ਮੈਂ ਸੈਟਿਸਫੈਕਸ਼ਨ ਕੰਟੈਂਟਮੈਂਟ ਵਿੱਚ ਇਤਨਾ ਭਿੱਜਿਆ, ਇਤਨਾ ਸੰਤੋਖੀ ਹਾਂ ਕਿ ਦੁੱਖ ਵਿੱਚ ਸੁੱਖ ਮਨਾਈ ਰੱਖਾਂਗਾ ਅਤੇ ਭੁੱਖ ਵਿੱਚ ਆਪਣੇ ਆਪ ਨੂੰ ਰੱਜਿਆ ਸਮਝਾਂਗਾ। ਰਾਈਟ, ਇਹ ਸਿੰਪਲੀ ਇਤਨੀ ਜ਼ੋਰਦਾਰ ਸਟੇਟ ਆਫ ਮਾਈਂਡ ਹੈ ਜਿਹਦੇ ਨਾਲ ਇਹ ਬੱਚਿਆਂ 'ਚੋਂ ਜਾਂ ਦੁਨੀਆ ਦੇ ਕਿਸੇ ਵੀ ਇਨਸਾਨ ਨੂੰ ਜੇ ਜੋਬ ਨਹੀਂ ਮਿਲੀ ਨਾ, ਉਹ ਦੁਖੀ ਨਹੀਂ ਹੋਏਗਾ। ਜੇ ਉਹਦੀ ਤਨਖਾਹ ਨਹੀਂ ਮਿਲੀ, ਬੋਨਸ ਨਹੀਂ ਮਿਲਿਆ, ਦੁਖੀ ਨਹੀਂ ਹੋਏਗਾ। ਜੇ ਉਹਦੇ ਵਿਆਹ ਹੋਣ ਤੋਂ ਬਾਅਦ ਉਹਦੇ ਘਰ ਬ੍ਰੈਡ ਬਟਰ ਨਹੀਂ ਪਹੁੰਚੀ ਨਾ, ਉਹ ਦੁਖੀ ਨਹੀਂ ਹੋਏਗਾ। ਹੁਣ ਉਹਦੇ ਕੋਲ ਇੱਕ ਸਟੇਟ ਆਫ ਮਾਈਂਡ ਆ ਗਈ ਹੈ, ਹਰ ਵੇਲੇ ਸੁਖੀ ਕਿਵੇਂ ਰਹਿਣਾ, ਹਰ ਵੇਲੇ ਸ਼ੁਕਰਗੁਜ਼ਾਰ ਕਿਵੇਂ ਰਹਿਣਾ। ਫਾਈਨ, ਮੈਂ ਤੁਹਾਡੇ ਕੰਸਰਨ ਦੇ ਨਾਲ ਡਰੈਗ ਹੋ ਗਿਆ ਪੂਰੀ ਤਰ੍ਹਾਂ। ਆਈ ਲਾਈਕ ਇਟ ਦੈਟ ਯੂ ਆਰ ਕੰਸਰਨਡ ਅਬਾਊਟ ਮਿਲੀਅਨਸ ਆਫ ਪੀਪਲ। ਆਈ ਐਮ ਵੈਰੀ ਮੱਚ ਕੰਸਰਨਡ ਅਬਾਊਟ ਪੀਪਲ ਜੋ ਕ੍ਰੋਸ ਰੋਡਸ 'ਤੇ ਖੜ੍ਹੇ ਹੁੰਦੇ ਨੇ, ਸਾਡੀ ਕਾਰ ਜਾ ਕੇ ਰੈੱਡ ਲਾਈਟ 'ਤੇ ਖੜ੍ਹੀ ਹੁੰਦੀ ਹੈ, ਔਰ ਉਹ ਆ ਕੇ ਕਹਿੰਦੇ ਨੇ 10 ਪੈਸੇ ਦੇ ਦਿਉ, 1 ਰੁਪਿਆ ਦੇ ਦਿਉ, 10 ਰੁਪਏ ਦੇ ਦਿਉ, ਖਾਣੇ ਕੋਲ ਨਹੀਂ ਹੈ, ਕੱਪੜਾ ਪਹਿਨਣੇ ਕੋਲ ਨਹੀਂ ਹੈ। ਅਸੀਂ ਕਾਰ ਦੇ ਅੰਦਰ ਏਅਰ ਕੰਡੀਸ਼ਨ ਕਾਰ 'ਚ ਬੈਠੇ ਹਾਂ, ਉਹ ਸੜਦੀ ਬਲਦੀ ਧੁੱਪ ਦੇ ਥੱਲੇ, ਔਰ ਸੜਕ ਜਿਹੜੀ ਜਲ ਰਹੀ ਹੈ, ਜਿਹੜੀ ਅੰਗਾਰੇ ਛੋੜ ਰਹੀ ਹੈ, ਉਹਦੇ ਉੱਤੇ ਨੰਗੇ ਪੈਰ ਬੱਚੇ ਮੰਗ ਰਹੇ ਹੁੰਦੇ ਨੇ। ਆਈ ਐਮ ਕੰਸਰਨਡ ਅਬਾਊਟ ਦੈਮ, ਐਟ ਦੈਟ ਟਾਈਮ ਆਈ ਡੋਂਟ ਗਿਵ ਦੈਮ ਮਨੀ। ਆਈ ਥਿੰਕ ਐਟ ਦੈਟ ਟਾਈਮ ਰੱਬ ਕਰੇ ਕਿ ਮੇਰੇ ਨਾਲ ਤੁਹਾਡੇ ਜੇ ਲੋਕ ਰਲ ਜਾਣ ਅਤੇ ਅਸੀਂ ਇਹਨਾਂ ਬੱਚਿਆਂ ਨੂੰ ਨਾ ਇਹਨਾਂ ਦੇ ਪੈਰਾਂ 'ਤੇ ਖੜ੍ਹਾ ਕਰ ਦੇਈਏ, ਤਾਂ ਕਿ ਇਹਨਾਂ ਤੋਂ ਬਾਅਦ ਵਾਲੀਆਂ ਆਉਣ ਵਾਲੀਆਂ ਜਨਰੇਸ਼ਨਸ ਸਮੇਤ ਧਰਤੀ ਤੋਂ ਭੀਖ ਮੰਗਣ ਵਾਲੀ ਕ੍ਰੋਸ ਰੋਡਸ 'ਤੇ ਗੇਮ ਹੀ ਖਤਮ ਹੋ ਜਾਏ, ਕਿਹੜੀ ਬੈਟਰ ਹੈ? ਉਹਨੂੰ ਉਸ ਵੇਲੇ ਬ੍ਰੈਡ ਬਟਰ ਪਾਣੀ ਦੇਣਾ, ਜਾਂ ਉਹਨੂੰ ਬ੍ਰੈਡ ਬਟਰ ਪਾਣੀ ਅਰਨ ਕਰਾਉਣ ਵਾਸਤੇ ਸਟੈਂਡਿੰਗ ਦਵਾ ਦੇਣੀ, ਵਾਟ ਇਜ਼ ਬੈਟਰ? ਆਈ ਥਿੰਕ ਜੋ ਮੈਂ ਕਹਿ ਰਿਹਾ ਕਿ ਉਹਨੂੰ ਸਟੈਂਡਿੰਗ ਕਰਾ ਦੇਣੀ। ਯੂ ਐਗਰੀ? ਹੁਣ ਦੁਨੀਆ ਦੇ ਵਿੱਚ ਪੋਲਿਊਸ਼ਨ ਦੇ ਕਰਕੇ ਬਾਰਿਸ਼ ਨਹੀਂ ਹੋਏਗੀ, ਹੋਏਗੀ ਤਾਂ ਫਲੱਡ ਆ ਜਾਣਗੇ, ਪਰ ਜੇ ਬਾਰਿਸ਼ ਨਹੀਂ ਹੋਏਗੀ, ਪਾਣੀ ਪੀਣ ਨੂੰ ਨਹੀਂ ਮਿਲੇਗਾ, ਖਾਣ ਵਾਸਤੇ ਅਨਾਜ ਨਹੀਂ ਉੱਗ ਸਕੇਗਾ, ਬਿਲੀਅਨਸ ਆਫ ਲੋਕ ਦੁਖੀ ਹੋਣਗੇ ਨਾ, ਇਹ ਸਾਰੇ ਵੀ ਦੁਖੀ ਹੋਣਗੇ, ਕਿਉਂਕਿ ਇਹਨਾਂ ਨੂੰ ਵੀ ਪਾਣੀ ਨਹੀਂ ਮਿਲੇਗਾ, ਕਿਉਂਕਿ ਇਹਨਾਂ ਨੂੰ ਵੀ ਖਾਣਾ ਨਹੀਂ ਮਿਲੇਗਾ। ਡਿਗਰੀ ਇਹਨਾਂ ਕੋਲ ਹੋਏਗੀ, ਕਾਰਪੋਰੇਟ ਸੈਕਟਰ ਦੀ ਜੋਬ ਇਹਨਾਂ ਕੋਲ ਹੋਏਗੀ, ਐਮ ਆਈ ਰਾਈਟ? ਜਿਹਨਾਂ ਕੋਲ ਪਾਣੀ ਨਹੀਂ ਹੈ ਨਾ, ਉਹਨਾਂ ਨੂੰ ਇਹਨਾਂ ਸਟੇਟ ਆਫ ਮਾਈਂਡ ਆ ਜਾਏਗੀ ਕਿ ਮੇਰੇ ਪਾਸ ਇੱਕ ਗਲਾਸ ਪਾਣੀ ਹੈ, ਮੈਂ ਨਹੀਂ ਪੀਣਾ, ਆਪ ਪੀ ਲਓ, ਕਹੀਂ ਸੇ ਮੇਰੇ ਕੋਲ ਇੱਕ ਰੋਟੀ ਮਿਲੀ ਹੈ, ਮੈਂ ਨਹੀਂ ਖਾਣੀ, ਆਪ ਖਾ ਲਓ। ਮੇਰੇ ਕੋਲ ਉਹ ਸੈਟਿਸਫੈਕਸ਼ਨ ਦਾ, ਕੰਟੈਂਟਮੈਂਟ ਦਾ, ਸੰਤੋਖ ਦਾ ਉਹ ਵਾਲਾ ਜਜ਼ਬਾ ਹੈ ਜਿਹਦੀ ਗੱਲ ਕੀਤੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਿ ਅਸੀਂ ਕਾਇੰਡ ਹਾਰਟ ਹੋ ਕੇ ਦੂਜਿਆਂ ਵਾਸਤੇ ਕਿਵੇਂ ਜੀ ਸਕਦੇ ਹਾਂ। ਪਾਣੀ ਔਰ ਅਨਾਜ ਦੇ ਬਾਵਜੂਦ ਜਿਹੜੀ ਦੁਨੀਆ ਦੁਖੀ ਹੈ, ਪਾਣੀ ਔਰ ਅਨਾਜ ਦੇ ਨਾ ਹੋਣ ਕਾਰਨ ਜਿਹੜੀ ਦੁਨੀਆ ਦੁਖੀ ਹੈ, ਇਹਨਾਂ ਦੋਵਾਂ ਨੂੰ ਸਦਾ ਸੁੱਖ ਵਾਲੀ ਅਵਸਥਾ ਦੇਣ ਵਾਸਤੇ ਸੰਤੋਖ ਦਾ ਜਲ ਅਤੇ ਸੰਤੋਖ ਦੀ ਰੋਟੀ, ਜਿਹਨੂੰ ਕਹਿੰਦੇ ਨੇ ਰੋਟੀ ਮੇਰੀ ਘਾਟ ਕੀ, ਲਾਵਣ ਮੇਰੀ ਭੁੱਖ, ਜਿਹਨੂੰ ਕਹਿੰਦੇ ਨੇ ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਈ ਜੀ, ਮੈਂ ਉਹ ਵਾਲਾ ਭੋਜਨ ਅਤੇ ਉਹ ਵਾਲਾ ਪਾਣੀ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹ ਪੜ੍ਹ ਕੇ ਸਮਝ ਕੇ ਉਹਨਾਂ ਨੂੰ ਦੇ ਸਕਦਾ। ਪਰ ਜਿਸ ਕਾਰਪੋਰੇਟ ਸੈਕਟਰੀ 'ਚ ਜਾ ਰਹੇ ਨੇ, ਉਸ ਕਾਰਪੋਰੇਟ ਸੈਕਟਰੀ ਜਾ ਕੇ ਇਹ ਗੱਲ ਜ਼ਰੂਰ ਕਰਨਗੇ
कि ऐसी प्रोडक्ट मत बनाओ जिससे धरती के ऊपर पानी की गड़बड़ हो जाए। वाटर कीपर्स बनाओ, धरती को डिस्ट्रॉय करने वाले पॉल्यूटेड चीजें मत बनाओ। इन्नी अकल ते थो ले सकदे ना, है ना जी। सो जसबीर सिंह जी, तुहाडा क्वेश्चन बहुत जोरदार है, मैं तुहानू सेपरेटली भी डिस्कस करांगा और तुहाडा आइडिया जरूर लवांगा कि रियली वाटर एंड खाना किवें प्रोवाइड उन्होंने करा सकते हैं। पर जिन्हां कोल पानी नहीं है, खाना नहीं है, कपड़ा नहीं है, उन्होंने एक एक अकल तो दे सकते हैं ना। यस दैट वी डिस्कस। प्रेम पटोला तैशा दिता टक्कण को पत मेरी, ऐसे वाला प्रेम पटोला मत उत्ते पा सकते हैं। विजडम का चोला पहन सकते हैं, वो वाला कपड़ा देंगे जीत पैरे, फिर नंगे नहीं थीवना, फिर नंगे नहीं होवांगे, वो वाला चोला दे सकांगे, ता वो वाला खाना दे सकांगे। हर नाम हमारा भोजन 36 प्रकार, जित खादे हमको त्रिपत पई। ये वाला जज्बा मां कोल है। जदों अकाल पै जांदा है, इस मां नूं कपड़ा नहीं चाहिदा, इस मां नूं भोजन नहीं चाहिदा, इस मां नूं पानी नहीं चाहिदा। पता क्यों? उन्हूं एक जनून चढ़िया होया, मैंने बच्चे को पालना है, मैंने बच्चे को देना है, मेरे अंदर कोई भी टुकड़ा ना जाए, कोई पानी ना जाए, मेरे को श्वास भी भावे ना मिले, पर मैंने अपनी फीड अपने बच्चे को देनी है। वो वाली मां मैं इन्हां नाल डिस्कस कर रहा, वो वाली मां असीं सारे बन सकते हैं। उस मां नूं भोजन नहीं चाहिदा, उस मां नूं कपड़ा नहीं चाहिदा, उस मां नूं पानी नहीं चाहिदा। सो आई थिंक आई एग्री विद यू बट आई डिसएग्री विद यू। आई एग्री विद यू के तुसी मिलियंस वास्ते कंसर्न हो, बट आई डिसएग्री विद यू के मैं मिलियंस की गल नहीं कर रहा। यस yes, मैं मिलियंस की नहीं, सारी धरती की गल कर रहा। जिन्हां नूं नहीं समझ वो मौजूदा जिहड़ा पानी है ही बर्बाद कर रहे हैं, जिन्हां नूं नहीं समझ वो जिहड़ा मौजूदा अनाज है वह सड़ रहा है, जिन्हां नूं नहीं समझ वो लोगों के टैक्सटाइल बनते हुए भी लोगों के तन उत्तों कपड़ा उतरवा रहे हैं। डू यू वॉच टीवी? डू यू वॉच रियल शोज, रियलिटी शोज? जितनिया वो अंदर एंकरस आदियां ने, सारिया 90% कपड़े उतार के आदियां ने। किहड़े कपड़े चाहिए ने, किनू देने ने? वो वाली अकल नहीं है जिहड़ी अकल कपड़े पाए और दूजियां दे कपड़े लवाए नहीं, बल्कि दूजियां दी पत टके। सर तुसी मेरे जज्बात नू टच कीता है, थैंक्स ए लॉट। विद ड्यू रिस्पेक्ट, Mostly students are committing suicides these days. In my opinion, it is because of the pressure of our parents, staff members or education system. What about that? जिसने एक question किया है वो सारे दे नाल मिला के एक point नू सही discuss कर रहा है, क्योंकि जे मेरे को statistics गलत हो वे मैंनू माफ कर देना। मैं सुनिया 73% स्टूडेंट्स ऑफ इंडिया कॉलेजेस दे वांट टू कमिट सुसाइड। क्यों? क्योंकि उन्होंने कॉलेज निकलन तो बाद कॉरपोरेट सैक्टर या मैरिज लाइफ इच कुछ नज़र नहीं आ रहा। समाज ने उनको जो कुछ दिया वो डाउरी सिस्टम, ऑपरेशन, स्त्री नाल जुलम, या किथे पति नाल जुलम, उहदे माँ प्यो नूं डाउरी दे केस इच फसा देंदे ने। बड़ी बड़ी ऐसिया सारिया चीज़ा नज़र आ रही हैं कि नौजवान जिहड़ा कॉलेज विच पढ़ता है वो थॉट प्रोसेस बिल्कुल देख रहे हैं कि लाइफ स्टैगनेंट है, मोनोटनस है, इसमें कुछ भी नहीं है, एंड दे वांट टू कमिट सुसाइड। एम आई राइट? जिसने क्वेश्चन किया है उन्होंने सांझ करते हो, मैं सारिया नूं एड्रेस करना चाहवागा, सब नाल शेयरिंग करना चाहवागा कि गुरबाणी विच एक शब्द आंदा है, नाम ना जपें से आत्मघाती। आत्मघाती होंदा है आत्मा का घात करने वाला, आत्मघाती होंदा है जो सुसाइड करता है। असी आत्मा दा घात उत्ते सैमीनार कीता, उस सैमीनार दा नाम रखिया सी सद जीवन, लिविंग फॉर एवर, और उदी कैसेट बनी हुई है। उदे विच असी यह डिस्कस किया है कि वर्ल्ड वाइड सारिया गौरमेंट्स नू, WHO वर्ल्ड हेल्थ ऑर्गेनाइजेशन नू, सारिया नू पेन इन द नैक है
कि दुनिया विच फिजिकल सुसाइड करन वालियां दा डेथ रेट नेचुरल डेथ रेट नालों वध गया है. दे आर कंसर्न, इनको कैसे समझाएं, ये सुसाइड का रेट कम कैसे करें, खत्म कैसे करें. हुन इत्थे आके सिर्फ धर्म काम आ सकता है कि असी उहदे विच डिस्कस कीता सी बिल्डअप करन वास्ते पूरी गल इंज बनांदे आ कि लाइफ का वो वाला दिन, वो वाला मोमेंट, वो वाला पल जिस दिन कोई फिजिकल सुसाइड करता है, ये उसी दिन अचानक मिस हैपनिंग नहीं हुई. इसका थॉट प्रोसेस यहाँ से मैनी ईयर्स पहले शुरू हुआ था. मैनू कोई प्यार नहीं करता, लोकी मैनू चंगे नहीं लगते, मेरा कोई ध्यान नहीं रखता, सारे मैनू धोखा दे जाते ने, मैं किसी नू नहीं मिलना, लीव मी अलोन, आई एम कन्फ्यूज्ड, मेरे को मेरे कमरे में रहने दो, मेरे से बात मत करो, सारे मुझे गलत समझते हैं, कोई मुझे अंडरस्टैंड नहीं करता. एंज वाली सोचनी वाला बिहेवियर इत्थों लैके जदों इत्थे पहुँचता है तां बंदा फिजिकल सुसाइड करता है. तो उस सैमीनार च असीं इह डिस्कस कीता कि जिस दिन यह थॉट प्रोसैस शुरू होया ना, उस दिन कोल विजडम नहीं सी, इस करके थॉट प्रोसैस शुरू होया. तो डेली का पल पल छोटा 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 करके सुसाइड शुरू हो गया. नाम ना जपें से आत्मकाती, नाम ना जपें का मतलब है जो विजडम को, सच के ज्ञान को, विद्या विचारिता परोपकारी को नहीं समझते हैं, वो आस्ता आस्ता रोज रोज सुसाइड करते रहते हैं, अपनी आत्मा का घात करते रहते हैं, अपने जमीर को रोज रोज मारते रहते हैं, सारे गलत कामों में इन्वॉल्व होके, कॉर्नर होके, कसूरवार अपने आप को समझ के, गिल्टी फील करके, पश्चाताप करके, सारी ऐसी लाइफ में से गुजरते रहते हैं. तब एक दिन अपने आप को सोचते हैं, आई एम वर्थ फॉर नथिंग, मैं बिल्कुल बेवकूफ़ हूँ, मैं मूर्ख हूँ, मेरी इस लाइफ का कुछ फायदा नहीं है, मार ही दो इसको. सो सुसाइड दे क्वेश्चन दा आंसर ये बनेगा कि थॉट प्रोसेस गलत होंदा है तां एक दिन फिजिकल सुसाइड होंदा है. टीचर कुछ नहीं कहंदा, मम्मी पापा कुछ नहीं कहंदे, तुहाडा थॉट प्रोसेस बदल जाएगा, वही टीचर अच्छा लगन लग पेगा, तुहाडा थॉट प्रोसेस बदल जाएगा, वही कॉलेज अच्छा लगन लग पेगा, तुहाडा थॉट प्रोसेस. Thank you.